ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਪੰਜਾਬ ਦੇ ਵਿੱਚ ਕਿਸੇ ਵੀ ਕਲਾਕਾਰ ਦੀ ਕਮੀ ਨਹੀਂ ਹੈ, ਬਸ਼ਰਤੇ ਅਸੀਂ ਉਸ ਸ਼ਖਸ ਨੂੰ ਜਲਦੀ ਲੱਭ ਲਈਏ ਤਾਂ ਉਸ ਸ਼ਖਸ ਨੂੰ ਆਮ ਜਨਤਾ ਦੇ ਸਾਹਮਣੇ ਪੇਸ਼ ਕਰੀਏ। ਸੋ ਕਿਤੇ ਕਿਤੇ ਅੱਜ ਅਸੀਂ ਮੌਜੂਦ ਹਾਂ ਉਸ ਪੰਜਾਬ ਦੇ ਲੋਕ ਗਾਇਕ ਸਾਹਮਣੇ, ਪਿੱਛੇ ਤੁਸੀਂ ਦਿਖਾ ਰਹੇ ਹਾਂ ਯਮਲਾ ਜੱਟ ਦੀਆਂ, ਹਾਂ ਇੱਕ ਹੱਥ 'ਚ ਤੂੰਬੀ ਹੈ ਔਰ ਬਿਲਕੁਲ ਤੁਲੇ ਵਾਲੀ ਪੱਗ। ਪੰਜਾਬ ਦੇ ਲੋਕ ਗਾਇਕ ਯਮਲਾ ਜੱਟ, ਜਿਨ੍ਹਾਂ ਨੇ ਜਿਹੜੀ ਗਾਇਕੀ ਸੀ ਉਹ ਪੰਜਾਬੀ ਵਿਰਸੇ ਨੂੰ, ਕਲਚਰ ਨੂੰ ਹਮੇਸ਼ਾ ਹੀ ਤੂਤੀ ਬੋਲਦੀ ਸੀ, ਤਾਂ ਕਿਤੇ ਕਿਤੇ ਆ ਕੇ ਅੱਜ ਵੀ ਯਮਲਾ ਜੱਟ ਦੀ ਤੂੰਬੀ ਹਰ ਇੱਕ ਨੂੰ ਯਾਦ ਹੈ, ਤਾਂ ਉਹ ਕਲਾਕਾਰੀ ਅੱਜ ਵੀ ਲੋਕ ਭੁੱਲਦੇ ਨਹੀਂ ਹੈ। ਸੋ ਤੁਹਾਨੂੰ ਅੱਜ ਲੁਧਿਆਣਾ ਦੇ ਇੱਕ ਇੱਦਾਂ ਦੇ ਸ਼ਖਸ ਨਾਲ ਮੈਂ ਨਾਲ ਜਾ ਰਿਹਾ, ਤੂੰਬੀ ਵੀ ਜਾਂਦਾ ਆ ਲੇਕਿਨ ਸਾਈਕਲ 'ਤੇ ਕੱਪੜੇ ਵੀ ਵੇਚਦਾ। ਸੋ ਪਹਿਲਾਂ ਤਾਂ ਮੈਂ ਤੁਹਾਨੂੰ ਉਹਦੀ ਤੂੰਬੀ ਦਿਖਾਊਂਗਾ, ਇਹ ਤੂੰਬੀ ਉਹਦੀ ਉਸ ਸ਼ਖਸ ਦੀ ਹੈ ਔਰ ਇਸ ਦੇ ਨਾਲ ਉਹ ਉਸਦਾ ਸਾਈਕਲ ਹੈ, ਇਹ ਕੱਪੜੇ ਆ, ਸਾਈਕਲ ਦੇ ਕੱਪੜੇ ਵੀ ਵੇਚਦਾ ਔਰ ਤੂੰਬੀ ਨਾ ਆਪਣੀ ਲੋਕ ਗਾਇਕੀ, ਖਾਸ ਕਰਕੇ ਲੋਕ ਗਾਇਕੀ ਆ। ਤੋ ਸ਼ਖਸ ਮੇਰੇ ਸਾਹਮਣੇ ਮੌਜੂਦ ਹੈ ਜੀ, ਇਹ ਸ਼ਖਸ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਲੜਾ ਜੀ? ਰਾਜ ਡਲੋਤਰਾ ਜੀ। ਰਾਜ ਡਲੋਤਰਾ? ਰਾਜ ਡਲੋਤਰਾ, ਹਾਂ ਡਲੋਤਰਾ। ਕੰਮ ਕੀ ਕਰਦੇ ਹੋ? ਕੰਮ ਜੀ ਇਹ ਫੇਰੀ ਕੱਪੜੇ ਵੇਚਦੇ ਹੋ? ਹਾਂਜੀ, ਫੇਰੀ ਕਰਦੇ ਹੋ? ਹਾਂਜੀ। ਇੱਕ ਤੁਹਾਡਾ ਮੈਂ ਤੁਹਾਡਾ ਸੁਣਿਆ ਸੀ, ਮੈਂ ਤੁਹਾਡਾ ਇੱਕ ਗਾਣਾ, ਹਾਂਜੀ, ਰਿਸ਼ਤੇ ਨਾਤੇ, ਮਾਂ ਬਾਪੂ ਵਰਗਾ, ਮਾਂ ਬਾਪੂ ਵਰਗਾ, ਹਾਂਜੀ ਮਾਂ ਬਾਪੂ ਵਰਗਾ ਹੋਰ ਨੇ ਜੀ, ਬਾਕੀ ਰਿਸ਼ਤੇ ਜਗ ਤੇ ਬਹੁਤ ਹੈ ਲੇਕਿਨ ਬਾਪੂ ਵਰਗੇ, ਮਾਂ ਬਾਪ ਤੇ ਹੋਰ ਬੜੇ ਨੇ, ਮਾਂ ਬਾਪੂ ਵਰਗਾ ਹੋਰ ਨੇ। ਹਾਂਜੀ, ਕਿੱਥੋਂ ਤੁਸੀਂ ਰਹਿੰਦੇ, ਕਿੱਥੇ ਤੁਸੀਂ? ਐਹਲੀ ਜੀ ਮੈਂ ਡੁਗਰੀ ਪਿੰਡ ਦੇ ਨੇੜੇ ਕਲੋਨੀ ਆ, CRP ਉੱਥੇ ਰਹਿੰਦੇ, ਉੱਥੇ ਰਹਿੰਦੇ। ਗਾਇਕੀ ਦਾ ਸ਼ੌਂਕ ਕਦੋਂ ਪਿਆ ਤੁਹਾਨੂੰ? ਗਾਇਕੀ ਦਾ ਸ਼ੌਂਕ ਸਮਝ ਲਓ ਵੀ ਜਦੋਂ ਦੀ ਹੋਸ਼ ਸੰਭਾਲੀ ਆ, ਜਦੋਂ ਥੋੜ੍ਹੀ ਪਹਿਚਾਣ ਆ ਗਈ, ਗਾਣੇ ਦੀ ਸਮਝ ਲੱਗਣ ਡਿਆ ਵੀ, ਉਦੋਂ ਦਾ ਸ਼ੌਂਕ ਪੈ ਗਿਆ ਜੀ। ਹਾਂਜੀ, ਅਤੇ ਹੁਣ ਤੱਕ ਕਿੰਨੇ ਤੁਸੀਂ ਗਾਣੇ ਗਾ ਚੁੱਕੇ ਹੋ? ਗਾਣੇ 5-6 ਗਾਣੇ ਮੇਰੇ ਹਾਲੇ, ਗੀਤ ਕਵਾਂਗੇ ਪੰਜਾਬੀ ਦੇ, ਗਾਣੇ ਆ ਜੀ, ਗਾਣੇ ਆ ਜੀ, ਗੀਤ ਵੀ ਕਹਿ ਲਓ, ਗਾਣੇ ਕਹਿ ਲਓ, ਅਤੇ ਮੇਰੇ 5-6 ਗਾਣੇ ਮੈਂ ਪਾ ਚੁੱਕਾ ਵਾਂ ਅਤੇ ਉਹ ਰਿਕਾਰਡਿੰਗ ਮੇਰੇ ਹੋ ਗਿਆ ਵੀ, ਹਰ ਗਾਣਾ ਅਲੱਗ ਅਲੱਗ ਹੀ ਆ, ਇੱਕ ਚੈਨਲ ਦਿਖਦੇ ਨਹੀਂ, ਕਿਉਂਕਿ ਮੈਨੂੰ ਪਹਿਚਾਣ ਹੀ ਨਹੀਂ ਸੀ ਵੀ ਆਪਣਾ ਚੈਨਲ ਬਣਾਉਣਾ। ਪੜ੍ਹਿਆ ਲਿਖਿਆ ਨਹੀਂ ਸੀ, ਇਸ ਗੱਲ ਦੀ ਮੈਨੂੰ ਪਹਿਚਾਣ ਨਹੀਂ ਸੀ ਨਾ ਹੈਗੀ। ਅੱਛਾ, ਜਿੰਨੇ ਵੀ ਗਾਣੇ ਆ ਮੇਰੇ, ਸਿਰਫ 2 ਗਾਣੇ ਜਿਹੜਾ ਹੁਣ ਚੈਨਲ ਬਣਾਇਆ ਨਾ ਅਸੀਂ, ਦਿਲ ਆਪਣਾ ਪੰਜਾਬੀ, ਉਹਦੇ 'ਤੇ 2 ਗਾਣੇ ਮੇਰੇ ਪਏ ਆ ਹੁਣ, ਮਾਂ ਬਾਪੂ ਵਰਗਾ ਹੋਰ ਨਹੀਂ, ਇੱਕ ਰੱਬ ਸੱਚ ਦਾ ਵਪਾਰੀ ਬੈਠਾ ਲੈ ਕੇ ਤੱਕੜੀ, ਉਹ 2 ਗਾਣੇ ਮੇਰੇ ਉਸ ਚੈਨਲ 'ਤੇ ਪਏ ਆ, ਬਾਕੀ 5-6 ਹੋਰ ਵੀ ਕੋਈ ਹੋਰ ਅਲੱਗ ਅਲੱਗ ਸਾਈਡਾਂ 'ਤੇ ਪਏ ਆ ਜੀ। ਇਹ ਬੜਾ ਅੱਜ ਕੱਲ੍ਹ ਬੜਾ ਇੱਕ ਨਾ ਸੁਣਨ ਮਿਲਦਾ, ਪੁਰਾਣਾ ਜ਼ਮਾਨਾ ਸੀ ਜਦੋਂ ਇੱਕੋ ਪਰਿਵਾਰ ਦੇ ਵਿੱਚ 20-20 ਮੈਂਬਰ ਹੁੰਦੇ ਸੀ, ਇਕੱਠਾ ਪਰਿਵਾਰ ਰਹਿੰਦਾ ਸੀ ਤਾਂ ਬਰਕਤ ਵੀ ਬੜੀ ਹੁੰਦੀ ਸੀ, ਪਿਆਰ ਵੀ ਬੜਾ ਵੱਧਦਾ ਸੀ, ਲੇਕਿਨ ਅਜੋਕੇ ਸਮੇਂ ਦੇ ਵਿੱਚ ਮੋਬਾਈਲਾਂ ਨੇ ਇੱਕੋ ਘਰ ਦੇ ਵਿੱਚ ਰਹਿਣ ਵਾਲੇ, ਚਾਹੇ ਉਹ ਘਰ ਦੇ 4G ਹੈ ਜਾਂ 10G ਹੈ, ਅਲੱਗ ਅਲੱਗ ਕਰਤੇ। ਇਸ ਗੱਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਦੇਖੋ ਜੀ, ਇਹ ਸਮੇਂ ਦੇ ਮੁਤਾਬਕ ਜੋ ਪਹਿਲੇ ਸਮਾਂ ਬਹੁਤ ਵਧੀਆ ਸੀ, ਅੱਜ ਉਹ ਸਮਾਂ ਨਹੀਂ ਰਹਿ ਗਿਆ। ਗੱਲ ਸਮਝਣ ਦੀ ਆ, ਅੱਜ ਵੀ ਉਹ ਸਮਾਂ ਵਾਪਸ ਆ ਸਕਦਾ, ਅੱਜ ਵੀ ਵੈਸਾ ਹੀ ਸਮਾਂ ਹੋ ਸਕਦਾ। ਹਰ ਗੱਲ ਵਿੱਚ ਫਰਕ ਹੁੰਦਾ, ਹਰ ਗੱਲ ਵਿੱਚ ਸਮਝ ਹੁੰਦੀ ਆ, ਸਮਝਣ ਦੇ ਵਿੱਚ ਫਰਕ ਹੁੰਦਾ। ਹਾਂਜੀ, ਅਤੇ ਬਸ ਦੁਨੀਆ ਦੀ ਸੋਚ ਜਿਹੜੀ ਆ, ਜਿੱਦਾਂ ਆਪਾਂ, ਮੈਂ ਬਾਪੂ ਵਾਲਾ ਗਾਣਾ ਗਾ ਰਿਹਾ ਸੀ, ਮੈਨੂੰ ਤੂੰਬੀ ਦੇ ਕੇ ਗਾਓ, ਉਹਦੇ ਵਿੱਚ ਮੈਂ ਕਹਿ ਰਿਹਾ ਸੀਗਾ ਵੀ ਆਪਣਿਆਂ 'ਚ ਫਰਕ ਪਾਤਾ, ਅੱਜ ਦੇ ਕੁਝ ਵਿਚਾਰਾਂ ਨੇ ਸਾਡੇ ਵਿਚਾਰ ਹੀ ਨਹੀਂ ਸਹੀ ਹੈਗੇ, ਸਾਡੇ ਵਿਚਾਰਾਂ ਦੇ ਨਾਲ ਹੀ ਫਰਕ ਪੈ ਗਿਆ, ਉਹਦੇ ਫਰਕ ਪੈਂਦਾ ਪੈ ਗਿਆ ਜੀ। ਅੱਜ ਵੀ ਆਪਣੇ ਵਿਚਾਰਾਂ ਨੂੰ ਸਹੀ ਕਰ ਲਓ, ਅੱਜ ਵੀ ਉਹ ਸਮਾਂ
ਵਾਪਸ ਆ ਸਕਦੇ ਵਾਪਸ ਆ ਸਕਦੇ ਉਹੀ ਦੁਬਾਰਾ ਪੁਰਾਣਾ ਜਿਹੜਾ 80 ਤੋਂ 70 ਸਾਲ ਪਹਿਲਾਂ ਸੀ ਹਾਂਜੀ ਉਹ ਸਮਾਂ ਅੱਜ ਵੀ ਆ ਸਕਦਾ ਅੱਜ ਵੀ ਸਤਿਯੁਗ ਆ ਸਕਦਾ ਹਾਂਜੀ ਆ ਸਕਦਾ ਮੈਨੂੰ ਗਾਣਾ ਸੁਣਾਓ ਪਹਿਲਾਂ ਆਪਣੀ ਤੂੰਬੀ ਨਾਲ ਜਿਹੜੀ ਇਹ ਤੁਹਾਨੂੰ ਬਹੁਤ ਜ਼ਿਆਦਾ ਪ੍ਰੀ ਹੈ ਤੁਹਾਨੂੰ ਤੂੰਬੀ ਹੈ ਹਾਂਜੀ ਮੇਰਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤਸਵੀਰ ਦਿਖਾਊਂਗਾ ਜੀ ਇਸ ਤੂੰਬੀ ਦੀਆਂ ਤੁਸੀਂ ਆਮ ਤੂੰਬੀ ਦੇਖੋਗੀ ਲੇਕਿਨ ਇਹ ਤੂੰਬੀ ਖਾਸ ਹੀ ਦੇਖੋ ਕਿੱਦਾਂ ਦੀ ਬਣਾਈ ਹੈ ਇਹ ਸਰਦਾਰ ਜੀ ਨੇ ਤੂੰਬੀ ਤੁਸੀਂ ਆਪ ਹੀ ਤੂੰਬੀ ਇਹ ਸਾਰਾ ਕੁਛ ਬਣਾਇਆ ਹੋਇਆ ਦੇਖੋ ਜੀ ਜਿਹੜਾ ਤੂੰਬਾ ਇੱਥੇ ਪ੍ਰਭੂ ਜੀ ਆ ਰਹੇ ਮਿਊਜ਼ਿਕ ਵਾਲੇ ਉਹਨਾਂ ਤੋਂ ਲਿਆ ਸੀ ਜਿਹੜੀ ਇਹ ਚੀਜ਼ ਹੈ ਫਿਰ ਇਹ ਮੇਰੀ ਆਪਦੀ ਕਾਰਾਗਰੀ ਆ ਹਾਂਜੀ ਆਪਣੀ ਕਾਰ ਦੇਖੋ ਜੀ ਮੈਂ ਤੁਹਾਨੂੰ ਦੱਸਾਂ ਇੱਕ ਤਾਂ ਗਾਇਕੀ ਪੰਜਾਬੀ ਵਿਰਸੇ ਨੂੰ ਲੈ ਕੇ ਧਾਰਮਿਕ ਗੀਤਾਂ ਨੂੰ ਲੈ ਕੇ ਗਾਇਕੀ ਔਰ ਜ਼ਮੀਨੀ ਸਤਰ ਨਾਲ ਜੁੜਿਆ ਬੰਦਾ ਉਸ ਤੋਂ ਬਾਅਦ ਤੂੰਬੇ ਨੂੰ ਕਿੱਦਾਂ ਆਪਣੀ ਕਲਾਕਾਰੀ ਨਾਲ ਉਸ ਹਿਸਾਬ ਨਾਲ ਅੱਜ ਦੇ ਕੀਬੋਰਡ ਕੀਬੋਰਡ ਹੁੰਦੇ ਆ ਕੀਬੋਰਡ ਨਾਲ ਆਪਣਾ ਤੂੰਬਾ ਯਾਨੀ ਤੂੰਬੀ ਨੂੰ ਆਪਣੇ ਹਿਸਾਬ ਨਾਲ ਜਿੱਦਾਂ ਸਾਜ਼ ਚਾਹੀਦਾ ਉਹਦੀ ਵਜਾ ਕੇ ਉਹ ਤਿਆਰ ਕੀਤੀ ਹੈ ਅਤੇ ਇਹ ਵੀ ਇੱਕ ਬਹੁਤ ਵੱਡੀ ਕਲਾਕਾਰੀ ਹੈ ਮੈਨੂੰ ਸੁਣਾਓ ਵੀ ਜਿਹੜਾ ਬੜਾ ਤੁਹਾਡਾ ਸਾਡਾ ਵੀ ਮਨਪਸੰਦ ਗਾਣਾ ਹੁਣ ਹੋ ਗਿਆ ਗੀਤ ਹੋ ਗਿਆ ਰਿਸ਼ਤੇ ਦਾ ਰਿਸ਼ਤਾ ਮਾਂ ਬਾਪੂ ਦੇ ਰਿਸ਼ਤੇ ਬਾਕੀ ਨਹੀਂ ਮਿਲਦੇ ਹਾਂਜੀ ਲਓ ਜੀ ਸ਼ੁਰੂ ਕਰ ਰਹੇ ਹਾਂ ਬਹੁਤ ਆ ਜਾਂਦੀ ਹੈ ਜੁਗਾਂ ਜੁਗਾਂ ਤਾਈਂ ਜੀਵਨ ਮਾਪੇ ਮਾਪਿਆਂ ਨਾਲ ਬਹਾਰਾਂ ਨੇ ਮਾਪਿਆਂ ਦੇ ਬਿਨ ਕਾਦਾ ਜਿਉਣਾ ਮਾਪੇ ਠੰਡੀਆਂ ਛਾਵਾਂ ਨੇ ਰੱਬ ਨੇ ਬਣਾਈ ਰੰਗਲੀ ਦੁਨੀਆ ਰੱਬ ਨੇ ਬਣਾਈ ਰੰਗਲੀ ਦੁਨੀਆ ਰੱਖੀ ਕਿਸੇ ਵਿੱਚ ਥੋੜ ਨਹੀਂ ਰਿਸ਼ਤੇ ਜਗਤੇ ਹੋਰ ਬੜੇ ਨੇ ਮਾਂ ਬਾਪੂ ਵਰਗਾ ਹੋਰ ਨਹੀਂ ਰਿਸ਼ਤੇ ਜਗਤੇ ਹੋਰ ਬੜੇ ਨੇ ਮਾਂ ਬਾਪੂ ਵਰਗਾ ਹੋਰ ਨਹੀਂ ਮਾਂ ਬਾਪੂ ਵਰਗਾ ਹੋਰ ਨਹੀਂ ਹੋ ਬਾਕੀ ਰਿਸ਼ਤੇ ਸਾਰੇ ਮਿਲ ਜਾਂਦੇ ਕਹਿੰਦੇ ਮਾਸੀਆਂ ਮਾਵਾਂ ਨਹੀਂ ਬਣਦੀਆਂ ਚਾਚੇ ਤਾਏ ਪਿਓ ਨਹੀਂ ਬਣਦੇ ਵਾਕੇ ਇਸ ਜੱਗ ਦੇ ਉੱਪਰ ਮਾਂ ਬਾਪ ਤੋਂ ਉੱਪਰ ਕੋਈ ਨਾ ਰਿਸ਼ਤਾ ਹੈ ਨਾ ਹੀ ਉਸ ਤੋਂ ਉੱਪਰ ਕੋਈ ਰੱਬ ਹੈ ਤੁਹਾਡੇ ਵੀ ਮਾਂ ਪਿਓ ਹੋਣਗੇ ਤੁਸੀਂ ਯਾਦ ਕਰ ਹੈਗੇ ਇਸ ਟਾਈਮ ਦੇਖੋ ਜੀ ਯਾਦ ਕਰਦੇ ਹਾਂ ਜੀ ਇਹਲੇ ਬਾਪੂ ਵੀ ਨਹੀਂ ਗਾ ਅਤੇ ਮਾਂ ਵੀ ਨਹੀਂ ਯਾਦ ਆਉਂਦੀ ਕਿਸੇ ਵੇਲੇ ਯਾਦ ਹੀ ਆਉਂਦੀ ਹੈ ਜੀ ਆਪਾਂ ਗਾਣਾ ਹੀ ਐਸਾ ਮੇਰੇ ਮਨ ਦੇ ਵਿੱਚ ਐਸਾ ਵਾ ਵੀ ਉਹਨਾਂ ਤੋਂ ਵੱਧ ਕੇ ਕੋਈ ਹੋਰ ਨਹੀਂ ਘਰ ਦੇ ਵਿੱਚ ਜਿੱਦਾਂ ਅਸੀਂ ਕਹਿੰਦੇ ਗੁਰੂ ਘਰ ਦੇ ਵਿੱਚ ਮਾਪੇ ਗੁਰੂ ਹੁੰਦੇ ਨੇ ਸਾਨੂੰ ਧਾਰਮਿਕ ਸਥਾਨਾਂ 'ਤੇ ਤੋਰਦੇ ਨੇ ਕਿਤੇ ਜਿਸ ਰਾਹ ਲਾਉਂਦੇ ਨੇ ਉਹ ਮਾਪੇ ਹੀ ਸਾਨੂੰ ਲਾਉਂਦੇ ਨੇ ਉਹੀ ਸਾਨੂੰ ਉਸ ਉੱਥੇ ਤੱਕ ਪਹੁੰਚਾਉਂਦੇ ਨੇ ਗੀਤ ਫਿਰ ਕਿੱਦਾਂ ਤੁਸੀਂ ਆਪ ਲਿਖਿਆ ਕਿ ਕਿਸੇ ਨੂੰ ਮਿਲੇ ਗਾਣਾ ਮੈਂ ਆਪ ਹੀ ਜੋ ਗਾ ਰਿਹਾ ਜੋ ਗਾਣੇ ਆਪ ਹੀ ਲਿਖ ਰਿਹਾ ਹਾਂਜੀ ਫਿਰ ਕਿੱਦਾਂ ਇਹ ਕਿੱਦਾਂ ਬਾਪੂ ਕਿਤੇ ਵਿਹਲੇ ਪੈ ਗਏ ਉਸ ਤੋਂ ਮਾਂ ਪਿਓ ਦੀ ਯਾਦ ਆਈ ਤਾਂ ਗਾਣਾ ਲਿਖਿਆ ਗਿਆ ਕਿ ਵੈਸੇ ਹੀ ਆ ਗਿਆ ਮਨ 'ਚ ਆ ਗਏ ਤਾਂ ਲਿਖਿਆ ਮਾਪਿਆਂ ਦੀ ਯਾਦ ਵੀ ਆ ਅਤੇ ਅਸੀਂ ਮਾਪਿਆਂ ਦੇ ਨਾਲ ਸਾਡੇ ਮਾਪੇ ਹੀ ਐਸੇ ਸੀ ਉਹਨੂੰ ਸਾਨੂੰ ਉਹਨਾਂ ਨੇ ਜੋੜ ਕੇ ਰੱਖਿਆ ਅਸੀਂ ਉਹਨਾਂ ਨੇ ਜੋੜ ਕੇ ਰਹੇ ਸਾਡੇ 'ਚ ਫਰਕ ਨਹੀਂ ਪਿਆ ਸ਼ੁਰੂ ਤੋਂ ਜੀ ਹੁੰਦਾ ਜੀ ਮੈਂ ਕਹਿ ਸਕਦਾ ਵੀ ਸਾਰੇ ਮਾਪੇ ਐਸੇ ਹੋਣੇ ਚਾਹੀਦੇ ਆ ਅਤੇ ਬਾਕੀ ਲਿਖਣ ਦੀ ਗੱਲ ਆਈ ਯੂਟਿਊਬ 'ਤੇ ਗਾਣੇ ਸੁਣਦੇ ਸੀ ਬਾਪੂ ਬੜੇ ਕਲਾਕਾਰਾਂ ਨੇ ਅੱਛੇ ਅੱਛੇ ਗਾਣੇ ਗਾਏ ਬਹੁਤ ਅੱਛਾ ਲੱਗ ਰਿਹਾ ਸੀ ਅਤੇ ਉਹ ਬਾਪੂ ਵਾਲਾ ਗਾਣਾ ਗਾ ਰਹੇ ਸੀ ਜੇ ਆਪਾਂ ਮਾਂ ਵਾਲੇ ਗਾਣੇ ਸੁਣਦੇ ਸੀ ਹਾਂ ਮਤਲਬ ਉਸਤਾਦ ਜਿਵੇਂ ਸਾਡੇ ਉਸਤਾਦਾਂ ਵਰਗੇ ਨੇ ਕੁਲਦੀਪ ਮਾਨਕ ਸਾਹਿਬ ਅਤੇ
ਉਹਨਾਂ ਨੇ ਗਾਇਆ ਗਾਣਾ ਮਾਂ ਹੁੰਦੀ ਜੇ ਮਾਂ ਵੇ ਦੁਨੀਆ ਵਾਲਿਓ। ਅਤੇ ਫਿਰ ਮੇਰੇ ਮਨ 'ਚ ਇਹ ਵਿਚਾਰ ਆਇਆ ਸੀ ਵੀ ਮਾਂ ਅਤੇ ਬਾਪੂ ਨੂੰ ਮੈਂ ਇਕੱਠਿਆ ਕਰ ਦੇਵਾਂ। ਬਾਪੂ ਗਾ ਰਿਹਾ, ਬਾਪੂ ਗਾਈ ਜਾ ਰਿਹਾ, ਮਾਂ ਦੇ ਗਾਣੇ ਗਾਉਂਦੇ, ਮਾਂ ਵਾਲੇ ਗਾਈ ਜਾਂਦੇ, ਮੈਂ ਮਾਂ ਅਤੇ ਬਾਪੂ ਦਾ ਗਾਣਾ ਇਕੱਠਿਆਂ ਦਾ ਮੇਲ ਕਰਤਾ। ਮੇਰੇ ਮਨ ਵਿੱਚ ਇਹ ਵਿਚਾਰ ਆਇਆ ਸੀ ਵੀ ਬੇਬੇ ਅਤੇ ਬਾਪੂ ਨੂੰ ਕਿਉਂ ਵੱਖਰਾ ਕੀਤਾ ਹੋਇਆ, ਬੇਬੇ ਅਤੇ ਬਾਪੂ ਨੂੰ ਮੈਂ ਇਕੱਠਾ ਕਰਤਾ, ਮਾਂ ਬਾਪੂ ਵਰਗਾ ਹੋਰ ਨੇ। ਹਾਂ, ਦੋਨੋਂ ਆ ਗਏ ਵਿੱਚ, ਜੱਗ ਤੇ ਰਿਸ਼ਤੇ ਹੋਰ ਬੜੇ ਨੇ, ਮਾਂ ਬਾਪੂ ਵਰਗਾ ਹੋਰ ਨੇ। ਹਾਂਜੀ, ਹੋਰ ਇਸ ਤੋਂ ਇਲਾਵਾ ਕਿਹੜੇ ਕਿਹੜੇ ਤੁਸੀਂ ਗੀਤ ਜਾਂ ਧਾਰਮਿਕ ਗੀਤ ਵੀ ਗਾਏ ਤੁਸੀਂ? ਹੋਰ ਇਸ ਤੋਂ ਇਲਾਵਾ ਗਾਣੇ ਤਾਂ ਮੇਰਾ ਬੁੱਲੇ ਸ਼ਾਹ ਵੀ ਮੈਂ ਲਿਖਿਆ, ਬੁੱਲੇ ਸ਼ਾਹ ਨੂੰ ਮੈਂ ਬਹੁਤ ਸਾਰਾ ਲਿਖਿਆ, ਬੁੱਲੇ ਸ਼ਾਹ ਦੇ ਮੈਂ ਬੜੇ ਤਰ੍ਹਾਂ ਤਰ੍ਹਾਂ ਦੇ ਲਿਖੇ ਆ। ਹੋ ਨੱਚਦਾ ਬੁੱਲਾ ਰਾਈਆਂ ਦੇ ਡੇਰੇ, ਅਤੇ ਫਿਰ ਇੱਦਾਂ ਲਿਖਿਆ ਬੁੱਲਿਆ ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਕਹਿ, ਬੁੱਲੇ ਸ਼ਾਹ ਜੀ ਦੇ। ਲਓ ਜੀ, ਲਓ ਰੰਗ ਬਦਲ ਗਿਆ ਜੀ ਸਾਹਿਬ ਜੀ। ਸਾਈਂ ਬਾਬਾ ਬੁੱਲੇ ਸ਼ਾਹ ਜੀ ਆਪਣੇ ਉਸਤਾਦ ਗੁਰੂ ਪੀਰ ਸ਼ਾਹ ਨਾਇਕ ਜੀ ਨੂੰ ਕਹਿ ਰਹੇ ਨੇ ਕਿ ਗੁਰੂ ਜੀ ਮੁਰਸ਼ਿਦ ਮੈਨੂੰ ਲੋਕ ਕਮਲਾ ਕਮਲਾ ਕਹਿੰਦੇ ਨੇ, ਮੈਨੂੰ ਲੋਕ ਸ਼ਦਾਈ ਕਹਿੰਦੇ ਨੇ, ਕਹਿੰਦੇ ਨੇ ਵੀ ਇੰਨੇ ਵੱਡੇ ਉੱਚੇ ਘਰਾਣੇ ਦਾ ਸਜਦ ਅਬਦੁੱਲਾ ਸ਼ਾਹ, ਬਾਬੇ ਬੁੱਲੇ ਸ਼ਾਹ ਨੂੰ ਜੋ ਆਪਾਂ ਬੁੱਲੇ ਸ਼ਾਹ ਕਹਿੰਦੇ, ਉਹਨਾਂ ਦਾ ਨਾਂ ਹੈਗਾ ਅਬਦੁੱਲਾ ਸ਼ਾਹ। ਤਾਂ ਸਜਦ ਅਬਦੁੱਲਾ ਸ਼ਾਹ ਇੰਨੇ ਵੱਡੇ ਉੱਚੇ ਘਰਾਣੇ ਦਾ ਅਤੇ ਸ਼ਾਹ ਨਾਇਤ ਰਾਈ ਦਾ ਮਰੀਦ ਹੋ ਗਿਆ, ਕਿਉਂ ਸ਼ਾਹ ਨਾਇਤ ਰਾਈ ਥੋੜ੍ਹਾ ਜਿਹਾ ਮਤਲਬ ਛੋਟੇ ਸੀ, ਛੋਟੇ ਕੰਮਾਂ ਵਾਲਾ ਸੀ, ਅਤੇ ਬੁੱਲੇ ਸ਼ਾਹ ਜੀ ਬਹੁਤ ਵੱਡੇ ਕੰਮਾਂ ਵਾਲੇ ਸੀ ਜਿਵੇਂ ਲਾ ਲਓ ਤੁਸੀਂ। ਹਾਂਜੀ, ਤਾਂ ਉਹ ਕਹਿੰਦਾ ਮੈਨੂੰ ਲੋਕ ਇਸ ਤਰ੍ਹਾਂ ਕਹਿ ਰਹੇ ਨੇ, ਅਤੇ ਸ਼ਾਹ ਨਾਇਕ ਜੀ ਕਹਿ ਰਹੇ ਨੇ ਕਿ ਬੁੱਲਿਆ ਦੁਨੀਆ ਦਾ ਸੁਭਾਅ ਹੀ ਐਸਾ, ਜੇ ਤੈਨੂੰ ਕੋਈ ਕਮਲਾ ਕਹਿੰਦਾ ਤਾਂ ਕਹਿ ਭਾਈ ਮੈਂ ਕਮਲਾ ਹੀ ਹਾਂ, ਜੇ ਕੋਈ ਕਹਿੰਦਾ ਤੈਨੂੰ ਸਦਾਈਆਂ ਤਾਂ ਕਹਿ ਮੈਂ ਸਦਾਈ ਹਾਂ। ਬੁੱਲਿਆ ਦੁਨੀਆ ਜੋ ਕਹਿੰਦੀ ਆ ਕਹਿੰਦੀ ਰਹਿਣ ਦੇ, ਤੇਰੀ ਜਿੱਥੇ ਲੱਗੀ ਆ ਤੂੰ ਲੱਗੀ ਰਹਿਣ ਦੇ। ਤਾਂ ਬਾਬਾ ਬੁੱਲੇ ਸ਼ਾਹ ਜੀ ਇੱਦਾਂ ਕਹਿੰਦੇ ਨੇ, ਬਾਬਾ ਬੁੱਲੇ ਸ਼ਾਹ ਜੀ ਨੂੰ ਸਾਹ ਨਾਰ ਜੀ ਕਹਿ ਰਹੇ ਨੇ, ਵੇ ਬੁੱਲਿਆ ਕਾਫਰ ਕਾਫਰ ਆਖਦੇ ਤੈਨੂੰ, ਕਾਫਰ ਕਾਫਰ ਆਖਦੇ ਤੈਨੂੰ, ਕਾਫਰ ਕਾਫਰ ਆਖਦੇ ਤੂੰ ਮੌਲਾ ਦੇ ਰੰਗ ਵਿੱਚ ਰਹਿ, ਆਹੋ ਆਹੋ ਵੇ ਬੁੱਲਿਆ ਕਾਫਰ ਕਾਫਰ ਆਖਦੇ ਤੈਨੂੰ, ਕਾਫਰ ਕਾਫਰ ਆਖਦੇ ਤੈਨੂੰ, ਕਾਫਰ ਕਾਫਰ ਆਖਦੇ ਤੂੰ ਮੌਲਾ ਦੇ ਰੰਗ ਵਿੱਚ ਰਹਿ, ਆਹੋਈ ਆਹੋ ਆਹੋਈ ਆਹੋ ਕਹਿ ਵੇ ਬੁੱਲਿਆ, ਆਹੋਈ ਆਹੋ ਕਹਿ ਵੇ ਬੁੱਲਿਆ, ਆਹੋਈ ਆਹੋ ਕਹਿ ਵੇ ਤੈਨੂੰ, ਕਾਫਰ ਕਾਫਰ ਆਖਦੇ। ਬਹੁਤ ਵਧੀਆ, ਤੁਹਾਡੀ ਆਵਾਜ਼ ਵਿੱਚ ਵੀ ਦਮ ਹੈ, ਜੇ ਤੁਸੀਂ ਗਾਣੇ ਆਪ ਲਿਖੇ ਤਾਂ ਇਸ ਤੋਂ ਵੱਡੀ ਕਾਬਲੀਅਤ ਨਹੀਂ ਹੋ ਸਕਦੀ। ਗਾਣੇ ਲਿਖਣਾ ਇੱਕ ਅਲੱਗ ਸ਼ੌਂਕ ਹੈ, ਇੱਕ ਗਾਣੇ ਨੂੰ ਗਾਣਾ ਔਰ ਪੰਜਾਬੀ ਵਿਰਸੇ ਨਾਲ ਇਸ ਖਾਸ ਕੇ ਪੁਰਾਣੇ ਕਲਚਰ ਸਾਡੇ ਪੰਜਾਬ ਦੇ ਤੁੰਬੀਆਂ ਨਾਲ ਇੱਕ ਬਹੁਤ ਵੱਡੀ ਅੱਜ ਦੀ ਕਲਾਕਾਰੀ ਸੰਭਾਲਣੀ, ਇਹ ਵੀ ਬੜੀ ਔਖੀ ਅੱਜ ਦੇ ਸਮੇਂ ਦੇ ਵਿੱਚ, ਅਜੋਕੇ ਜਿਹੜੇ ਅੱਜ ਕੱਲ੍ਹ ਅਜੋਕੇ ਸਮੇਂ ਦੇ ਵਿੱਚ ਜਿਹੜੇ ਇਲੈਕਟ੍ਰੋਨਿਕ ਇੰਸਟਰੂਮੈਂਟ ਆ ਚੁੱਕੇ, ਲੇਕਿਨ ਅੱਜ ਵੀ ਤੁਸੀਂ ਵਿਰਸੇ ਨੂੰ ਸੰਭਾਲਿਆ, ਸਭ ਤੋਂ ਵੱਡੀ ਗੱਲ ਤੁਹਾਡੇ ਵਾਸਤੇ ਵੀ ਹੈ। ਮੁਸ਼ਕਲਾਂ ਸਾਹਮਣਾ ਕਰਨਾ ਪਿਆ, ਘਰ ਦੇ ਹਾਲਾਤ ਤੁਹਾਡੇ ਜਿਸ ਤਰ੍ਹਾਂ ਹੈਗੇ, ਕਿਸ ਤਰ੍ਹਾਂ ਗਾਣਾ ਅੱਜ ਕੱਲ੍ਹ ਰਿਕਾਰਡ ਕਰਨਾ
ਆਮ ਗੱਲ ਨਹੀਂ ਹੈਗਾ, ਬੜੇ ਖਰਚੇ ਵਾਲੀ ਗੱਲ ਹੈ। ਜਿਸ ਤਰ੍ਹਾਂ ਤੁਸੀਂ ਗਾਣੇ ਲਿਖੇ ਆ ਔਰ ਯੂਟਿਊਬ ਪਾਇਆ, ਤਾਂ ਇਸ ਟਾਈਮ ਦੇ ਵਿੱਚ ਤੁਹਾਡੇ ਗਾਣੇ ਨੂੰ ਮਿਲੀਅਨ ਵਿਊਵਰ ਆਉਣਾ ਚਾਹੀਦੇ ਸੀ, ਕੀ ਲੱਗ ਰਿਹਾ, ਕਾਰਨ ਕੀ ਹੈ? ਗਰੀਬੀ ਜਾਂ ਪਹਿਚਾਣ ਨਹੀਂ ਤੁਹਾਡੀ? ਬਸ ਗਰੀਬੀ ਵੀ ਹੈ ਅਤੇ ਪਹਿਚਾਣ ਨਹੀਂ ਸੀ ਹੈਗੀ, ਅਤੇ ਆਪਣਾ ਚੈਲੰਜ ਨਹੀਂ ਸੀ ਬਣਾਇਆ ਹੋਇਆ ਅਤੇ ਨਾ ਹੀ ਆਪਣੀ ਪਹਿਚਾਣ ਸੀ। ਪਹਿਚਾਣ ਨਾਲ ਹੀ ਸਾਰਾ ਕੁਛ ਹੁੰਦਾ ਜੀ, ਬਸ ਇਹੀ ਗੱਲ ਆ। ਪੈਸੇ ਤੋਂ ਵੀ ਰਹਿ ਗਿਆ ਅਤੇ ਗਾਣੇ ਰਿਕਾਰਡਿੰਗ ਟਾਈਮ ਨਾਲ ਨਹੀਂ ਕਰਾ ਸਕਿਆ ਅਤੇ ਪਹਿਚਾਣ ਵੀ ਨਹੀਂ ਹੋਈ। ਆਹ ਹੁਣ ਥੋੜ੍ਹੀ ਜਿਹੀ ਪਹਿਚਾਣ ਤੁਹਾਡੇ ਵਰਗੇ ਮੈਂ ਸਰੋਤੇ ਆ ਆਏ ਆ ਮੇਰੇ ਕੋਲ ਇੱਕ ਦੋ, ਅਤੇ ਉਹਨਾਂ ਨੇ ਮੈਨੂੰ ਇੱਦਾਂ ਹੀ ਸੁਣਿਆ, ਉਹਨਾਂ ਨੇ ਆਪਣੇ ਚੈਨਲਾਂ 'ਤੇ ਚਲਾਇਆ, ਉਹਨਾਂ ਨੇ ਥੋੜ੍ਹਾ ਮੇਰਾ ਮੁਖੜਾ ਲੋਕਾਂ ਨੇ ਦੇਖਿਆ, ਮੇਰੀ ਸ਼ਕਲ ਦੇਖੀ ਲੋਕਾਂ ਨੇ, ਹੁਣ ਥੋੜ੍ਹੀ ਜਿਹੀ ਪਹਿਚਾਣ ਬਣੀ ਆ। ਅਤੇ ਘਰ 'ਚ ਤੁਹਾਡੀ ਫੈਮਿਲੀ 'ਚ ਕੌਣ ਕੌਣ? ਅਸੀਂ ਪੰਜ ਪਰਿਵਾਰ ਆ, ਮੇਰੇ ਦੋ ਬੇਟੇ ਇੱਕ ਬੇਟੀ ਆ, ਅਸੀਂ ਦੋਵੇਂ ਮੀਆਂ ਬੀਬੀ, ਪੰਜ ਪਰਿਵਾਰਾਂ ਸੀ। ਮਕਾਨ ਆਪਣੇ? ਹਾਂਜੀ ਮਕਾਨ ਸਾਡੇ ਆਪਣੇ ਆ ਜੀ, ਮਕਾਨ ਸਾਨੂੰ ਲਾਟ ਹੋ ਚੁੱਕੇ ਆ, ਮੈਂ ਕਲੋਨੀ 'ਚ ਰਹਿੰਦਾ। ਠੀਕ ਹੈ, ਅਤੇ ਬੱਚੇ ਸਾਡੇ ਪੜ੍ਹਦੇ ਕਿ ਵਿਆਹ ਕੁਝ? ਵਿਆਹ ਵੀ ਗਏ ਬੱਚੇ? ਮੈਂ ਥੋੜ੍ਹਾ ਥੋੜ੍ਹਾ ਪੜ੍ਹਾਏ ਸੀ, ਆਪਣੇ ਆਪਣੇ ਕੰਮਾਂ 'ਤੇ ਲਾਤੇ, ਕੰਮਾਂ 'ਤੇ ਲੱਗੇ ਹੋਏ ਆ। ਹਾਂਜੀ ਬੇਟੀ ਵਿਆਹਤੀ, ਇੱਕ ਬੇਟਾ ਵਿਆਹਤਾ, ਤਿੰਨ ਬੱਚੇ ਨੇ, ਇੱਕ ਦਾ ਹੁਣ ਵਿਆਹ ਵਾ, ਬਸ ਲੋਹੜੀ ਨੂੰ ਮੁਗਦਾ ਵਿਆਹ ਵੀ ਕਰ ਦੇਣਾ ਜੀ। ਕੰਮ ਇਹ ਤੁਹਾਡਾ ਜਿਹੜਾ ਤੁਸੀਂ ਕੱਪੜੇ ਵੇਚਦੇ, ਬੱਚੇ ਨੇ ਕੱਪੜੇ ਵੇਚਦੇ, ਉਸ ਕੰਮ ਸਹੀ ਨਿਕਲਦਾ, ਦਿਹਾੜੀ ਪੈ ਜਾਂਦੀ? ਦੇਖੋ ਹੁਣ ਤਾਂ ਥੋੜ੍ਹਾ ਜਿਹਾ ਸਹਿਯੋਗ ਬੱਚਿਆਂ ਦਾ ਵੀ ਨਾਲ ਹੋ ਗਿਆ, ਪਹਿਲੇ ਤਾਂ ਮੈਂ ਇਕੱਲਾ ਹੀ ਕਰ ਰਿਹਾ ਸੀ, ਹੁਣ ਤਾਂ ਬੱਚਿਆਂ ਦਾ ਵੀ ਥੋੜ੍ਹਾ ਆਸਰਾ ਹੈਗਾ, ਬੱਚਿਆਂ ਦਾ। ਹਾਂਜੀ ਬੱਚੇ ਵੀ ਕੰਮ ਕਰ ਰਹੇ ਆ ਅਤੇ ਹੁਣ ਮੈਨੂੰ ਵੀ ਥੋੜ੍ਹਾ ਜਿਹਾ ਆਸ, ਬੱਚੇ ਥੋੜ੍ਹੇ ਜਿਹਾ ਨਾਲ ਸਾਥ ਮਿਲਿਆ ਨਾ, ਤਾਂ ਹੀ ਥੋੜ੍ਹਾ ਜਿਹਾ ਮੈਂ ਇਹ ਦੋ ਗਾਣੇ ਕਰ ਚੁੱਕਿਆ। ਹੁਣ ਟੋਟਲ ਤੁਸੀਂ ਅੱਜ ਤੱਕ ਹੁਣ ਤੱਕ ਕਿੰਨੇ ਗੀਤ ਤੁਸੀਂ ਲਿਖ ਚੁੱਕੇ ਜਾਂ ਗਾ ਚੁੱਕੇ ਹੋ? ਗਾਣੇ ਤਾਂ 5-7 ਰਿਕਾਰਡਿੰਗ ਹੋ ਚੁੱਕੇ ਆ, ਤੋ ਉਹ ਮਤਲਬ ਉਹ ਯੂਟਿਊਬ 'ਤੇ ਨਹੀਂ ਪਏ, ਯੂਟਿਊਬ 'ਤੇ ਸਿਰਫ ਦੋ ਗਾਣੇ ਇਸਲੇ ਪਏ ਆ, ਅਤੇ ਜੋ ਜੇ ਡੂ ਯੂਟਿਊਬ 'ਤੇ ਪਏ ਹੋਇਆ ਤਾਂ ਮੈਨੂੰ ਨਹੀਂ ਪਤਾ ਉਹ ਕਿਹੜੀ ਸਾਈਡ 'ਤੇ ਪਏ ਆ, ਕਿੱਥੇ ਕਿੱਥੇ ਪਾਏ ਹੋਏ ਆ। ਜਿਹਨਾਂ ਨੇ ਸੁਣਿਆ ਉਹਨਾਂ ਨੇ ਪਾ ਦਿੱਤਾ, ਜਿਹਨਾਂ ਨੇ ਸੁਣਿਆ ਉਹ। ਹਾਂਜੀ ਕਿਤੇ ਸਟੂਡੀਓ ਤੁਸੀਂ ਗਏ ਹੁੰਦੇ? ਸਟੂਡੀਓ ਕਿਤੇ ਸਟੂਡੀਓ ਵੱਡੇ ਸਟੂਡੀਓ ਜਾ ਕੇ ਰਿਕਾਰਡਿੰਗ ਕੀਤੀ ਕਦੇ? ਵੱਡੇ ਸਟੂਡੀਓ ਚੱਲੀ ਗਿਆ ਐਡੀ, ਜਿੱਦਾਂ ਅਸੀਂ ਕੀਤੀ ਲੋਕਾਂ ਨੇ ਕਰਕੇ ਐਡੀ ਪਾਤੀ? ਹਾਂਜੀ ਹਾਂਜੀ ਉੱਦਾਂ ਨਹੀਂ ਕਦੀ ਕੀਤੀ ਨਾ। ਕੀ ਚਾਹੁੰਦੇ ਹੋ? ਕਿਉਂਕਿ ਤੁਹਾਡੀ ਆਵਾਜ਼ 'ਚ ਵੀ ਤੁਹਾਡੇ 'ਚ ਦਮ ਹੈ, ਜੋ ਤੁਸੀਂ ਬੋਲਦੇ ਪਿਓ ਪੰਜਾਬੀ ਵਿਰਸੇ ਨੂੰ, ਕਲਚਰ ਨੂੰ, ਖਾਸ ਕਰਕੇ ਪਰਿਵਾਰ ਦੇ ਵਿੱਚ ਜਿਹੜੇ 70-80 ਦਸ਼ਕ ਤੋਂ ਪਹਿਲਾਂ ਇਕੱਠੇ ਪਰਿਵਾਰ ਹੁੰਦੇ ਸੀ, ਉਹਦੀ ਅਹਿਮੀਅਤ ਦੱਸੀ ਹੈ ਪਰਿਵਾਰ 'ਚ, ਕਿੱਦਾਂ ਅਸੀਂ ਇਕੱਠੇ ਰਹਾਂਗੇ ਤਾਂ ਇਕੱਠੇ ਰਹਾਂਗੇ, ਤਾਂ ਕਿਸ ਤਰ੍ਹਾਂ ਦੇਖਦੇ ਤੁਸੀਂ? ਕੀ ਆਪਾਂ ਕੀ ਸੁਨੇਹਾ ਦੇ ਸਕਦੇ ਹੋ? ਸੁਨੇਹਾ ਤਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਜੀ ਵੀ ਉਹ ਵਕਤ ਅੱਜ ਵੀ ਆ ਸਕਦਾ, ਸਾਡੀ ਸੋਚ ਸਮਝ ਦੇ ਵਿੱਚ ਹੀ ਫਰਕ ਹੈ, ਹਰ ਗੱਲ 'ਚ ਫਰਕ ਹੁੰਦਾ, ਫਰਕ ਦੇ ਵਿੱਚ ਹਰ ਗੱਲ 'ਚ ਫਰਕ ਹੁੰਦਾ, ਸਮਝ ਦੇ ਵਿੱਚ ਫਰਕ ਹੁੰਦਾ ਜੇ, ਅਤੇ ਉਹ ਸਮਾਂ ਅੱਜ ਵੀ ਆ ਸਕਦਾ। ਪਰ ਹੋਰ ਤਾਂ ਮੈਂ ਮੇਰੇ ਗੱਲ ਕਲਾ ਕਰਨ ਦੇ ਬਣਨ ਦਾ ਮਕਸਦ ਇਹ ਹੁੰਦਾ ਜੀ, ਇਹ ਕੁਛ ਰੱਬ ਵੱਲੋਂ ਗੱਲਾਂ ਹੁੰਦੀਆਂ, ਕੁਛ ਮੈਨੂੰ ਐਂ ਲੱਗਦਾ ਵੀ ਜਿਵੇਂ ਮੇਰੇ ਕੁਛ ਅੰਦਰ ਹੈ, ਮੈਂ ਕੁਛ ਕਹਿ ਸਕਾਂ, ਜਿਹੜੀਆਂ ਮੇਰੇ ਅੰਦਰ ਗੱਲਾਂ ਨੇ ਮੈਂ ਉਹ ਕਹਿ ਸਕਾਂ, ਜਿਹੜੀਆਂ ਸੁਣੀਆਂ ਜਿਵੇਂ ਉਹ ਸਿੱਧੀਆਂ ਨਹੀਂ ਹੁੰਦੀਆਂ, ਸੁਣੀ ਸਿੱਧੀਆਂ ਕਰ ਸਕਾਂ। ਕਈਆਂ ਗੱਲਾਂ 'ਚ ਬਹੁਤ ਫਰਕ ਹੁੰਦਾ, ਜਿਵੇਂ ਮੇਰੇ ਮਨ 'ਚ ਜਿਹੜਾ ਵਿਚਾਰ, ਮੈਂ ਇਕੱਲਾ ਹੀ ਬੈਠ ਕੇ ਨਾ ਵਿਚਾਰ ਕਰਦਾ ਰਹਿੰਦਾ ਵੀ ਇਹ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ। ਕਿਸੇ ਵੇਲੇ ਬਜ਼ੁਰਗ ਕਹਿੰਦੇ ਯਾਰ ਚਾਰ ਭਾਂਡੇ ਖੜਕਦੇ ਹੀ ਹੁੰਦੇ ਆ, ਜਿਵੇਂ ਕਹਿੰਦੇ ਮਾੜੀ ਮੋਟੀ ਇੱਕ ਦੂਜੇ ਨਾਲ ਬੋਲਚਾਲ ਹੋ ਜਾਂਦੀ ਆ। ਇੱਕ ਮੈਂ ਦੱਸੋ, ਅੱਜ ਦੇ ਅਜੋਕੇ ਸਮੇਂ ਜਿਹੜੀ ਆ ਗੀਤਕਾਰੀ ਗੀਤਾਂ ਚੱਲਦੇ ਪਏ ਆ, ਲੋਕਾਂ ਦੇ ਸਿੰਗਰ ਹੈਗੇ, ਉਹ ਸਹੀ ਗੀਤ ਗਾਉਂਦੇ ਆ ਕਿ ਵਿਰਸੇ ਨੂੰ ਸੰਭਾਲਿਆ ਉਹਨਾਂ ਨੇ, ਕਿ ਨਹੀਂ ਜਿਹੜਾ ਆਉਂਦਾ ਉਹੀ ਗੀਤ ਗਾਈ ਜਾਂਦਾ? ਦੇਖੋ ਜੀ ਜਿੱਦਾਂ ਜਿੱਦਾਂ ਦੇ ਕਿਸੇ ਦੇ ਵਿਚਾਰ ਨੇ ਉਹ ਜੇ ਦੁਨੀਆ ਸੁਣਦੀ ਆ ਉਹ ਲਿਖਦੇ ਆ, ਅਤੇ ਉਹ ਲਿਖਣ ਵਾਲੇ ਇਹ ਸਮਝਦਾ ਵੀ ਦੁਨੀਆ ਖਰੇ ਜੀ ਇਹੀ ਪਸੰਦ ਕਰਦੀ ਆ, ਤਾਂ ਉਹ ਐਸੇ ਲਿਖੇ ਜਾਂਦੇ ਆ। ਜੇਕਰ ਸੁਣਨ ਵਾਲੇ ਹੀ ਕਹਿਣਗੇ ਯਾਰ ਕੋਈ ਐਸਾ ਨਾ ਲਿਖੋ ਚੰਗਾ ਲਿਖੋ, ਤਾਂ ਉਹ ਵੀ ਲਿਖਣਾ ਆਪਣਾ ਚੇਂਜ ਕਰ ਦੇਣਗੇ, ਇਸ ਤਰ੍ਹਾਂ ਕੰਮ ਚੱਲੀ ਜਾਂਦਾ। ਲਚਰਪਨ ਨਹੀਂ ਗਾਣੇ ਸੁਣਨ ਚਾਹੀਦੇ, ਮੰਨਦੇ ਅੱਜ ਦੇ ਖਾਸੇ ਪੰਜਾਬੀ ਵਿਰਸੇ ਦੀ ਗੱਲ ਕੀਤੀ ਤਾਂ ਉਹ 'ਚ ਲਚਰਪਨ ਬਿਲਕੁਲ ਹੀ ਹੋਣਾ ਚਾਹੀਦਾ।
ਨਹੀਂ ਮੇਰੇ ਤਾਂ ਦੇਖੋ ਜੀ ਮੇਰੇ ਮਨ 'ਚ ਤਾਂ ਇਹੀ ਹੈ ਵੀ ਜੋ ਮੈਂ ਗਾ ਰਿਹਾ ਮੇਰੇ ਉਹ ਵਿਚਾਰ ਹੀ ਨਹੀਂ ਹੈਗੇ, ਮੇਰੇ ਉਹ ਮਨ 'ਚ ਕੋਈ ਵਿਚਾਰ ਹੀ ਉਹ ਤੁਸੀਂ ਸੁਣਿਆ ਨਾ ਐਸੇ ਹੀ ਆ। ਤੁਹਾਨੂੰ ਮੈਂ ਇੱਕ ਇੱਕ ਸਿੰਗਲ ਸਿੰਗਲ ਲਾਈਨ ਦੱਸ ਦਿੰਦਾ ਮੇਰੇ ਜੋ ਜੋ ਗਾਣੇ ਆਉਣ ਵਾਲੇ ਆ ਜੋ ਮੈਂ ਕਰਨਾ ਆ। ਚਾਰ ਦਰਵਾਜ਼ੇ ਹਰਿਮੰਦਰ ਸਾਹਿਬ ਦੇ ਜਿੱਥੇ ਵੱਜਦੇ ਅਨਹਦ ਵਾਜੇ, ਸਦਾ ਸਦਾ ਲਈ ਗੂੰਜੇ ਦਰ 'ਤੇ ਸੱਚ ਦਾ ਜੈ ਜੈਕਾਰ ਆਏ। ਸਭ ਦੇ ਲਈ ਖੁੱਲ੍ਹੇ ਦਰਵਾਜ਼ੇ, ਸਭ ਦਾ ਗੁਰੂ ਦੁਆਰਾ ਏ। ਸਭ ਦੇ ਲਈ ਖੁੱਲ੍ਹੇ ਦਰਵਾਜ਼ੇ, ਸਭ ਨੂੰ ਗੁਰੂ ਪਿਆਰਾ ਏ। ਐਸੇ ਐਸੇ ਮੇਰੇ ਗਾਣੇ ਆ ਜਿਵੇਂ ਤੁਹਾਨੂੰ ਹੁਣ ਸੁਣਿਆ ਸੀ। ਹਰ ਬੰਦੇ ਨੂੰ ਆਪਣਾ ਧਰਮ ਪਿਆਰਾ ਏ, ਹਰ ਬੰਦੇ ਨੂੰ ਆਪਣਾ ਮਜ਼ਹਬ ਪਿਆਰਾ ਏ। ਐਸੇ ਐਸੇ ਮੈਂ ਲਿਖੇ ਹੋਏ ਆ। ਆਹ ਹੁਣ ਗਾਣਾ ਨਸ਼ਿਆਂ 'ਤੇ ਮੈਂ ਸੁਣਿਆ ਸੀ, ਸੁਣਿਆ ਤਾਂ ਮੈਂ ਸੁਣ ਕੇ ਲਿਖਦਾ ਹਾਂ। ਜੋ ਉਹਨਾਂ ਨੇ ਗਾਇਆ ਠੀਕ ਗਾਇਆ। ਇੱਕ ਮੈਂ ਵੀ ਹੁਣ ਗਾਣਾ ਇਸੇ ਹੀ ਲਿਖਿਆ ਵਾ, ਤੁਹਾਨੂੰ ਮੈਂ ਸੁਣਾ ਹੀ ਦਿੰਦਾ। ਚਿੱਟੇ 'ਤੇ ਗਾਣਾ ਜੀ, ਮੇਰੇ ਮਨ 'ਚ ਇਹ ਵਿਚਾਰ ਹੈ ਵੀ ਚਿੱਟਾ ਚਿੱਟਾ ਲੋਕ ਕਹਿੰਦੇ ਆ, ਅਤੇ ਚਿੱਟਾ ਤਾਂ ਬੜੀ ਬੁਰੀ ਬਿਮਾਰੀ ਆ, ਅਤੇ ਨਾਮ ਇਹਦਾ ਕੀ ਰੱਖਿਆ ਚਿੱਟਾ। ਉਹ ਚਿੱਟਾ ਲੋਕੋ ਬੁਰੀ ਬਿਮਾਰੀ, ਚਿੱਟੇ ਦੇ ਕੰਮ ਕਾਲੇ ਨੇ, ਮਾਪਿਆਂ ਦੇ ਪੁੱਤ ਸ਼ੈਲ ਸ਼ਬੀਲੇ, ਚਿੱਟੇ ਨਹੀਂ ਖਾਲੇ ਨੇ। ਲਾ ਦਿੱਤਾ ਮੈਂ ਹੋਕਾ ਲੋਕੋ, ਲਾ ਦਿੱਤਾ ਮੈਂ ਹੋਕਾ ਲੋਕੋ, ਅਪੀਲ ਮੇਰੀ ਸਰਕਾਰ ਨੂੰ, ਨਸ਼ਿਆਂ ਦੇ ਵਿੱਚ, ਨਸ਼ਿਆਂ ਦੇ ਵਿੱਚ ਡੁੱਬ ਚੱਲਿਆ ਜੇ, ਬਚਾ ਲਓ ਆਪਣੇ ਪੰਜਾਬ ਨੂੰ। ਨਸ਼ਿਆਂ ਦੇ ਵਿੱਚ ਰੁੜ ਚੱਲਿਆ ਜੇ, ਬਚਾ ਲਓ ਰੰਗਲੇ ਪੰਜਾਬ ਨੂੰ, ਬਚਾ ਲਓ ਹਿੰਦੁਸਤਾਨ ਨੂੰ। ਸਾਡੇ ਨਾਲ ਜੁੜੇ ਹੋ, ਪਰਮਾਤਮਾ ਕਰੇ ਤੁਹਾਨੂੰ ਉਸ ਅਕਾਲ ਪੁਰਖ ਤੁਹਾਨੂੰ ਦਿਨ ਦੁੱਗਣੀ ਰਾਤ ਤੁਹਾਨੂੰ ਤਰੱਕੀ ਦੇਵੇ। ਤੁਹਾਡੇ ਗਾਣੇ ਤੁਹਾਨੂੰ ਅਸੀਂ ਹੁਣ ਅੱਗੇ ਵੱਡੇ ਤੁਹਾਨੂੰ ਸਕਰੀਨਾਂ ਦੇਖੀਏ, ਟੀ ਵੀ 'ਚ ਦੇਖੀਏ, ਔਰ ਤੁਹਾਨੂੰ ਹਰ ਸੋਸ਼ਲ ਮੀਡੀਆ ਦੇਖੀਏ, ਅਤੇ ਵਧੀਆ ਤੁਸੀਂ ਗੀਤ ਲਿਖਦੇ, ਤੁਸੀਂ ਆਪਣੇ ਪੰਜਾਬੀ ਵਿਰਸੇ ਬਚਾਇਆ ਤੁਸੀਂ। ਸੋ ਲੁਧਿਆਣਾ ਦੇ ਇਹ ਸ਼ਖਸ ਆ ਰਾਜ ਜੀ, ਜਿਹਨਾਂ ਨੇ ਆਪਣੇ ਪੰਜਾਬੀ ਵਿਰਸੇ ਨੂੰ ਬਚਾਇਆ, ਅਤੇ ਗਰੀਬੀ ਕਾਰਨ ਬਚਪਨ ਤੋਂ ਹੀ ਗਾਉਂਦੇ ਆ, ਆਪਣੇ ਪਰਿਵਾਰ ਦਾ ਜਿਹੜਾ ਕੱਪੜੇ ਵੇਚ ਕੇ ਸਾਈਕਲ 'ਤੇ ਜਿਹੜਾ ਉਹ ਪਰਿਵਾਰ ਦਾ ਗੁਜ਼ਾਰਾ ਵੀ ਕਰਦੇ ਆ, ਲੇਕਿਨ ਪੰਜਾਬੀ ਵਿਰਸੇ ਨੂੰ, ਪੰਜਾਬੀ ਦੇ ਜਿਹੜਾ ਵਿਰਸਾ ਸੰਭਾਲ ਕੇ ਰੱਖਿਆ ਉਹੀ ਗੀਤ ਗਾਉਂਦੇ ਆ। ਤਾਂ ਗੀਤਾਂ ਦੇ ਵਿੱਚ ਸਿਰਫ ਆਪਣੇ ਫੈਮਿਲੀ ਤਾਂ ਪੰਜਾਬ ਦੀ ਗੱਲ ਸਾਹਮਣੇ ਦਰਸਾਈ ਗਈ ਆ। ਸੋ ਕਿਤੇ ਕਿਤੇ ਆ ਕੇ ਸਾਨੂੰ ਇੱਦਾਂ ਦੇ ਜਿਹੜੇ ਲੋਕ ਹੁੰਦੇ ਆ ਜਿਹਨਾਂ ਦੀ ਕਲਾਕਾਰੀ ਸਾਹਮਣੇ ਆਉਂਦੀ ਆ, ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਮਦਦ ਕਰਨੀ ਚਾਹੀਦੀ, ਹੈਲਪ ਕਰਨੀ ਚਾਹੀਦੀ, ਉਹਨਾਂ ਦੇ ਗੀਤਾਂ ਨੂੰ ਹਮੇਸ਼ਾ ਹੀ ਪ੍ਰਮੋਟ ਕਰਨਾ ਚਾਹੀਦਾ ਹੈ। ਕੈਮਰਾਮੈਨ ਬੋਬੀ ਨਾਲ ਸੰਦੀਪ ਸ਼ਰਮਾ, ਦੈਨਿਕ ਸਵੇਰ ਟੀਵੀ ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇਂ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।